ਪੰਚਾਇਤੀ ਚੋਣਾਂ ਹਲੇ 15 ਅਕਤੂਬਰ ਨੂੰ ਹੋਣੀਆਂ ਨੇ ਪਰ ਉਸ ਤੋਂ ਪਹਿਲਾਂ ਹੀ ਇਸ ਪਿੰਡ ਦੇ ਵਿੱਚ ਵੋਟਾਂ ਭੁਗਤਾ ਲਈਆਂ ਗਈਆਂ ਨੇ। ਜੀ ਹਾਂ, ਹੈਰਾਨੀ ਵਾਲੀ ਗੱਲ ਹੈ ਪਰ ਇਹ ਹੋਇਆ ਹੈ ਮਾਨਸਾ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਪਿੰਡ ਦੇ ਲੋਕਾਂ ਦੇ ਵੱਲੋਂ ਬਕਾਇਦਾ ਬੈਲਟ ਪੇਪਰ ਦੇ ਨਾਲ ਵੋਟਾਂ ਪਾਈਆਂ ਗਈਆਂ ਤੇ ਆਪਣਾ ਸਰਪੰਚ ਵੀ ਚੁਣ ਲਿਆ ਗਿਆ। ਦੱਸ ਦੇ ਕਿ ਇਸ ਪਿੰਡ ਦੇ ਲੋਕਾਂ ਦੇ ਵੱਲੋਂ ਪੰਚਾਇਤੀ ਚੋਣਾਂ ਪਹਿਲਾਂ ਹੀ ਕਰਾ ਦਿੱਤੀਆਂ ਗਈਆਂ ਨੇ ਜਿੱਥੇ ਇੱਕ ਸਰਕਾਰੀ ਕਰਮਚਾਰੀ ਦੀ ਭੂਮਿਕਾ ਵੀ ਇਸ ਪਿੰਡ ਦੇ ਹੀ ਵਾਸੀਆਂ ਨੇ ਨਿਭਾਈ ਹੈ। 15 ਅਕਤੂਬਰ ਨੂੰ ਹੋਣੇ ਨੇ ਹਲੇ ਇਲੈਕਸ਼ਨ, ਪੰਚਾਇਤੀ ਚੋਣਾਂ ਹੋਣੀਆਂ ਨੇ ਪਰ ਉਸ ਤੋਂ ਪਹਿਲਾਂ ਹੀ ਮਾਨਸਾ ਜ਼ਿਲ੍ਹੇ ਦੇ ਇਸ ਪਿੰਡ ਦੇ ਵਿੱਚ ਚੋਣਾਂ ਹੋ ਚੁੱਕੀਆਂ ਨੇ, ਵੋਟਾਂ ਪੈ ਚੁੱਕੀਆਂ ਨੇ। ਪਿੰਡ ਵਾਲੇ ਖੁਦ ਹੀ ਪੋਲਿੰਗ ਅਫਸਰ ਬਣੇ ਤੇ ਖੁਦ ਹੀ ਪੋਲਿੰਗ ਏਜੰਟ ਬਣ ਕੇ ਉਹਨਾਂ ਦੇ ਵੱਲੋਂ ਇਹ ਵੋਟਾਂ ਭੁਗਤਾਈਆਂ ਗਈਆਂ ਨੇ। ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋ ਉਮੀਦਵਾਰ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਗਈਆਂ ਨੇ, ਬਾਕਸ ਰੱਖੇ ਗਏ ਦੋਨੋਂ ਉਮੀਦਵਾਰਾਂ ਦੇ ਤੇ ਬੈਲਟ ਪੇਪਰ ਦੇ ਰਾਹੀਂ ਉਹਨਾਂ ਨੂੰ ਵੋਟਾਂ ਪਾਈਆਂ ਗਈਆਂ। ਇਹ ਸਾਰਾ ਕੁਝ ਪਿੰਡ ਵਾਸੀਆਂ ਨੇ ਰਲ ਕੇ ਤੇ ਸਰਬਸੰਮਤੀ ਦੇ ਨਾਲ ਕੀਤਾ। ਵੋਟਾਂ ਭੁਗਤਾਉਣ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਹੀ ਇੱਥੇ 5 ਮੈਂਬਰੀ ਕਮੇਟੀ ਬਣਾਈ ਗਈ ਤੇ ਉਹਨਾਂ ਦੇ ਵੱਲੋਂ ਵੋਟਾਂ ਦੀ ਗਿਣਤੀ ਕੀਤੀ ਗਈ ਤੇ ਵੋਟਾਂ ਜਿਹਦੇ ਹੱਕ 'ਚ ਜ਼ਿਆਦਾ ਆਈਆਂ ਉਸਨੂੰ ਸਰਪੰਚ ਵੀ ਚੁਣ ਲਿਆ ਗਿਆ ਹੈ ਤੇ ਸਰਬਸੰਮਤੀ ਦੇ ਨਾਲ ਇਹ ਸਾਰਾ ਕੁਝ ਨੇਪਰੇ ਚਾੜਿਆ ਗਿਆ। ਜਿੱਥੇ ਇੱਕ ਪਾਸੇ ਤਾਂ ਇੱਕ ਉਮੀਦਵਾਰ ਨੂੰ 57 ਵੋਟਾਂ ਪਈਆਂ ਤਾਂ ਦੂਜੇ ਪਾਸੇ ਦੂਜੇ ਉਮੀਦਵਾਰ ਨੂੰ 94 ਵੋਟਾਂ ਪਈਆਂ, ਜਿਸ ਕਰਕੇ ਜੇਤੂ ਨੂੰ ਪਿੰਡ ਦਾ ਸਰਪੰਚ ਕਰਾਰ ਦੇ ਦਿੱਤਾ ਗਿਆ ਹੈ। ਇੱਥੇ ਪਿੰਡ ਵਾਸੀਆਂ ਦੇ ਵੱਲੋਂ ਬਿਨਾਂ ਕਿਸੇ ਲੜਾਈ ਝਗੜੇ ਤੇ ਬਿਨਾਂ ਕਿਸੇ ਅੜਚਣ ਤੋਂ ਪੰਚਾਇਤੀ ਚੋਣਾਂ ਤੋਂ ਪਹਿਲੇ ਹੀ ਬੈਲਟ ਪੇਪਰ ਦੇ ਨਾਲ ਵੋਟਾਂ ਪਵਾ ਕੇ ਪਹਿਲੇ ਹੀ ਇਹ ਕੰਮ ਨੇਪਰੇ ਚਾੜ ਦਿੱਤਾ ਗਿਆ ਹੈ ਤੇ ਬੜੀ ਸਰਬਸੰਮਤੀ ਦੇ ਨਾਲ ਇੱਥੇ ਪਿੰਡ ਦਾ ਸਰਪੰਚ ਵੀ ਬਣਾ ਲਿਆ ਗਿਆ ਹੈ। ਮੈਂ ਵਰਕਾ ਸਿੰਘ ਨੰਬਰ ਦਾ, ਸਾਡੇ ਪਿੰਡ ਦੇ 6 ਵਾਰਡ ਦੀ ਸਰਬਸੰਮਤੀ ਨਾਲ ਚੋਣ ਹੋ ਗਈ ਸੀ। ਇਹ ਦੋ ਮੈਂਬਰਾਂ ਦਾ ਮਾੜਾ ਜਿਹਾ ਆਪਸ ਵਿੱਚ ਡਿਸਪਿਊਟ ਜਿਹਾ ਸੀ, ਬਸ ਉਹਦਾ ਸੈਟਿਸਫਾਈ ਕਰਨ ਵਾਸਤੇ ਅਸੀਂ ਪਿੰਡ 'ਚ ਆਪਦੇ ਪੱਧਰ 'ਤੇ ਵੋਟਿੰਗ ਕਰੀਏ। ਉਹਦੇ ਨਾਲ ਨਾਲੇ ਸਰਕਾਰ ਦਾ ਖਰਚਾ ਬਚਦਾ, ਨਾਲੇ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਮਿਲਦੀਆਂ ਉਹ ਸਾਡੇ ਮੁੰਡੇ ਨੂੰ ਮਿਲਣਗੀਆਂ। ਇਸੇ ਕਰਕੇ ਅਸੀਂ ਆਪ ਬੈਠ ਕੇ ਦੋਨਾਂ ਦੀ ਸਹਿਮਤੀ ਨਾਲ ਇੱਕ ਮੈਂਬਰ ਨੂੰ ਚੁਣਿਆ ਗਿਆ, ਰਘਬੀਰ ਸਿੰਘ ਮਤਲਬ ਸਾਡੇ ਸਰਪੰਚ ਮੈਂਬਰ ਬਣਾਏ ਗਏ। ਸਰਪੰਚ ਦੀ ਸਾਡੇ ਸਰਬਸੰਮਤੀ ਨਾਲ ਚੋਣ ਹੋ ਗਈ ਸੀ ਪਹਿਲਾਂ ਜੀ। ਕਿੰਨੀ ਵੋਟਾਂ ਟੋਟਲ ਵੋਟਾਂ ਹੈ ਜਿਹੜੀ ਅੱਜ? ਅੱਜ 151 ਵੋਟਾਂ ਜੀ। ਇਹ ਸਾਡੇ ਜਸਪਾਲ ਸਿੰਘ ਸਰਪੰਚ ਸਾਰੀ ਪੰਚਾਇਤ ਸੰਮਤੀ ਨਾਲ ਚੁਣੀ ਗਈ ਸੀ ਜੀ ਅਤੇ ਇੱਕ ਵਾਰਡ ਦੇ ਵਿੱਚ ਸਾਡੀ ਵੋਟਿੰਗ ਹੋਈ ਆ, ਉਹ ਵੀ ਸਹਿਮਤੀ ਨਾਲ ਹੋਈ ਆ। ਉਸ ਵਿੱਚ 94 ਵੋਟਾਂ ਰਘਵੀਰ ਸਿੰਘ ਨੂੰ ਪਈਆਂ ਨੇ, 57 ਵੋਟਾਂ ਲਸਮਣ ਸਿੰਘ ਨੂੰ ਪਈਆਂ ਨੇ। ਅਸੀਂ ਅੱਗੇ ਤੋਂ ਇਹੀ ਮੈਸੇਜ ਦਿੰਦੇ ਹਾਂ ਵੀ ਸਾਡੇ ਪਿੰਡ ਦੀ ਪਰਿਵਾਰਕ ਸਾਂਝ ਬਣੀ ਰਹੇ ਅਤੇ ਸਰਬਸੰਮਤੀ ਹੁੰਦੀ ਰਹੇ। ਸਾਡਾ ਪਿੰਡ ਜੀ ਦਰੀਆਪੁਰ ਹੈ ਅਤੇ ਅਸੀਂ ਨਾ ਜੀ ਆਪਣੇ ਸਾਡੇ ਇੱਕ ਵਾਰਡ ਨੰਬਰ ਦੇ ਵਿੱਚ ਦੋ ਕੈਂਡੀਡੇਟ ਖੜੇ ਸੀਗੇ ਜਿਨ੍ਹਾਂ ਦੇ ਵਿੱਚੋਂ ਅਸੀਂ ਉਹਨਾਂ ਦੇ ਅੱਜ ਆਪਦੇ ਪਿੰਡ ਤੌਰ 'ਤੇ ਵੋਟਿੰਗ ਕਰਵਾ ਕੇ ਅਤੇ ਉਹਨਾਂ 'ਤੇ ਜੋ ਜਿਹੜੇ ਮਤਲਬ ਲੋਕਾਂ ਨੇ ਪਾਸਵਾ ਦਿੱਤਾ ਉਹਨੂੰ ਅਸੀਂ ਨੇ ਮਤਲਬ ਮੈਂਬਰ ਚੁਣ ਲਿਆ ਗਿਆ। ਇੱਕ ਰਘਵੀਰ ਸਿੰਘ ਨੇ ਅਤੇ ਦੂਜਾ ਲਛਮਣ ਸਿੰਘ ਸੀਗੇ। ਲਛਮਣ ਸਿੰਘ ਨੂੰ ਪਈਆਂ ਸੀਗੀਆਂ 57 ਵੋਟਾਂ ਅਤੇ ਰਘਵੀਰ ਸਿੰਘ ਨੂੰ ਪਈਆਂ 94 ਵੋਟਾਂ। ਕੁੱਲ ਵੋਟ ਹੋਈ ਸੀਗੀ 151 ਵੋਟਾਂ ਪੋਲ ਹੋਈਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਹੁਣ ਰਘਵੀਰ ਸਿੰਘ ਮੈਂਬਰ ਚੁਣ ਲਏ ਗਏ ਨੇਗੇ ਅਤੇ ਆਪਣੇ 6 ਨੰਬਰ ਵਾਰਡਾਂ ਦੇ ਵਿੱਚ ਪਹਿਲਾਂ ਮੈਂਬਰ ਸਾਡੇ ਸਰਬਸੰਮਤੀ ਨਾਲ ਚੁਣੇ ਗਏ ਸੀਗੇ ਅਤੇ ਸਰਪੰਚ ਜਸਪਾਲ ਸਿੰਘ ਚੁਣੇ ਗਏ ਨੇ ਜੀ ਸਰਬਸੰਮਤੀ ਨਾਲ ਅਤੇ ਮੈਂਬਰਾਂ ਦੇ ਨਾਮ ਨੇ ਸਾਡੇ ਜੋ ਪਹਿਲਾਂ ਚੁਣੇ ਗਏ ਨੇਗੇ 6 ਵਾਰਡ ਨੰਬਰ ਦੇ ਵਿੱਚ 4 ਦੇ ਵਿੱਚ ਵੀਰਪਾਲ ਕੌਰ, 5 ਦੇ ਵਿੱਚ ਵੀਰਪਾਲ ਕੌਰ, 7 ਦੇ ਵਿੱਚ ਬਖਸ਼ੀਰ ਸਿੰਘ ਅਤੇ 6 ਦੇ ਵਿੱਚ ਵੀਰਪਾਲ ਕੌਰ, 6 'ਚ ਸੁਖਵਿੰਦਰ ਸਿੰਘ ਜੀ ਅਤੇ ਇੱਕ ਆਪਣਾ ਵੀਰਪਾਲ ਕੌਰ ਹੋਰ ਨੇਗੇ ਅਤੇ 1 ਨੰਬਰ ਵਾਰਡ 'ਚ ਰਘਵੀਰ ਸਿੰਘ ਨੇ ਜੀ। ਸਾਡੇ 6 ਵਾਰਡਾਂ ਦੇ ਸਰਬਸੰਮਤੀ ਹੋ ਗਈ ਸੀ, ਪਹਿਲਾਂ 1 ਵਾਰਡ ਰਹਿ ਗਿਆ ਸੀਗਾ, ਇਹਦੀ ਅਸੀਂ ਪਿੰਡ 'ਚ ਆਪ ਹੀ ਵੋਟਿੰਗ ਕਰਾ ਕੇ ਮਤਲਬ ਆਪਦੇ ਪੱਧਰ 'ਤੇ ਵੀ ਸਰਕਾਰ ਦਾ ਖਰਚਾ ਬਚਾਉਣ ਅਤੇ ਨਾਲੇ ਭਾਈਚਾਰਕ ਸਾਂਝ ਰੱਖਣ ਦੇ ਮਾਰੇ ਨੇ ਅੱਜ ਆਪ ਵੋਟਿੰਗ ਕਰਾ ਕੇ ਮਤਲਬ ਮੈਂਬਰ ਚੁਣ ਲਿਆ।
ਤੇ ਅੱਜ ਫਿਰ ਜਿਹੜੇ ਦੋਨਾਂ ਦੇ ਸਹਿਮਤੀ ਨਾਲ ਹੀ ਵੋਟਿੰਗ ਕਰਵਾਈ? ਹਾਂਜੀ ਹਾਂ, ਸਹਿਮਤੀ ਨਾਲ ਕਰਵਾਈ।